ਜੋ ਹੁਣ ਵਿੱਤੀ ਬੋਝ ਵਧਿਆ ਹੋਇਆ ਕੀ ਇਹ ਸੰਭਵ ਹੈ ਕਿ ਘਟ ਹੋ ਸਕਦਾ ਵਿੱਤੀ ਬੋਝ ਵਧਿਆ ਹੈ ਇਹ ਘਟ ਸਕਦਾ ਪਰ ਜੇ ਸਰਕਾਰਾਂ ਦੀ ਨੀਤੀ ਘਟਾਉਣ ਦੀ ਹੋਵੇ ਤਾਂ ਘਟ ਸਕਦਾ ਆਦਰਵਾਇਜ਼ ਨਹੀਂ ਘਟ ਸਕਦਾ ਸਰਕਾਰਾਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਹ ਜਿਹੜੇ ਸਰਕਾਰੀ ਥਰਮਲ ਸੀ ਉਹਨਾਂ ਨੂੰ ਬੰਦ ਕਰਕੇ ਇਹਨਾਂ ਨੇ ਨਿੱਜੀ ਥਰਮਲ ਜਿਨ੍ਹਾਂ ਦੇ ਵਿੱਚ ਕਿ ਇਹਨਾਂ ਦੀਆਂ ਸਰਕਾਰਾਂ ਸਮੇਂ ਦੀਆਂ ਸਰਕਾਰਾਂ ਦੀਆਂ ਹਿੱਸੇਦਾਰੀਆਂ ਹੁੰਨੀਆਂ ਨੇ ਉਹ ਉਹਨਾਂ ਥਰਮਲਾਂ ਤੋਂ ਬਿਜਲੀ ਲਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਜਿਹੜੀ ਆ ਉਹ ਹੋਰ ਅੱਗੇ ਅਡਾਨੀਆਂ ਦੇ ਨਾਲ ਕੰਟੈਕਟ ਕਰਨ ਜਾ ਰਹੀ ਹੈ ਮੈਂ ਪਿੱਛੇ ਹੀ ਪੜ ਰਿਹਾ ਸੀ ਆ ਕਿ ਅਡਾਨੀਆਂ ਦੇ ਨਾਲ ਕੰਟੈਕਟ ਦੇ ਵਿੱਚ ਕਿ ਉਹ ਬਿਜਲੀ ਜਿਹੜੀ ਆ ਉਹਨਾਂ ਤੋਂ ਖਰੀਦੀ ਜਾਣੀ ਹੈ ਦਿੱਲੀ ਦੀ ਉਦਾਹਰਨ ਦੇ ਸਕਦੇ ਆ ਕਿ ਜਿੱਥੇ ਬਿਜਲੀ ਪੈਦਾ ਨਹੀਂ ਹੁੰਦੀ ਉਹ ਟੋਟਲ ਬਿਜਲੀ ਖਰੀਦਦੇ ਨੇ ਪਰ ਖਰੀਦ ਕੇ ਵੀ ਅੱਜ ਲੋਕਾਂ ਨੂੰ ਸਸਤੀ ਦਿੱਤੀ ਜਾ ਰਹੀ ਆ ਸੋ ਇਸ ਕਰਕੇ ਬਿਜਲੀ ਸਸਤੀ ਦਿੱਤੀ ਜਾ ਸਕਦੀ ਆ ਪਰ ਜੇ ਸਾਡੀ ਨੀਤ ਸਾਫ਼ ਹੋਵੇ ਸਾਡੇ ਘਰਾਂ ਦੇ ਮੀਟਰ ਲੱਗੇ ਹੋਏ ਨੇ ਇਹਨਾਂ ਮੀਟਰਾਂ ਨੂੰ ਬਦਲ ਕੇ ਗਾਰਡ ਵਾਲੇ ਮੀਟਰ ਲੱਗ ਸਕਦੇ ਨੇ ਜਿੱਦੇ ਨਾਲ ਲੋਕਾਂ ਦੇ ਉੱਤੇ ਵਿੱਤੀ ਸੰਕਟ ਹੋਰ ਵਧੂਗਾ ਜਿੱਦੋਂ ਪਹਿਲਾਂ ਲੋਹੇ ਦੇ ਮੀਟਰ ਸੀ ਮੁੜ ਕੇ ਆ ਮੀਟਰ ਆ ਗਏ ਤੇ ਮੈਂ ਖੁਦ ਮੀਟਰਾਂ ਦੇ ਵਿੱਚ ਰਿਹਾ ਕਿ ਸਾਡੇ ਕੋਲ ਇੰਨੇ ਕੁ ਮੀਟਰ ਚੈਲੰਜ ਆਉਂਦੇ ਸੀ ਕਿ ਜਿਹੜੇ ਕਿ ਬਹੁਤ ਸਪੀਡ ਨਾਲ ਚੱਲਦੇ ਸੀਗੇ ਉਹ ਮੀਟਰ ਚੈਲੰਜ ਕਰਦੇ ਸੀ ਲੈਬੋਰੀਟਰੀਆਂ 'ਚ ਜਾਂਦੇ ਸੀ ਤੇ ਜਿੱਦੋਂ ਉਹ ਮੀਟਰ ਇਹ ਆ ਕਿ ਸਾਨੂੰ ਅੱਗੇ ਦਿਸਦਾ ਸੀ ਕੀ ਰੀਟਿੰਗ ਚੱਲ ਰਹੀ ਹੈ ਬਹੁਤ ਤੇਜ਼ ਚੱਲ ਰਹੀ ਹੈ ਇਹ ਚਿਪ ਦੇ ਵਿੱਚ ਤਾਂ ਸਾਨੂੰ ਪਤਾ ਹੀ ਕੁਝ ਨਹੀਂ ਲੱਗਣਾ ਸੰਨ ਤਾਂ ਅੱਜ ਅਸੀਂ ਚਿਪ ਪਾਈ ਆ ਤੇ ਹੋ ਸਕਦਾ ਕੱਲ ਨੂੰ ਸਾਡੀ ਚਿਪ ਖਤਮ ਹੋ ਜਵੇ ਸਾਡੀ ਲਾਈਟ ਬੰਦ ਹੋ ਜਵੇ ਇਸ ਕਰਕੇ ਤਾਂ ਲੋਕਾਂ ਤੇ ਬਹੁਤ ਖਤਰਨਾਕ ਆ ਜਿਹੜਾ ਮਤਲਬ ਇਹ ਰੁਝਾਨ ਲੈ ਕੇ ਆ ਰਿਹਾ ਕਿ ਚਿਪ ਵਾਲਾ ਮੀਟਰ ਹੈ ਇਹ ਬਿਲਕੁਲ ਲੋਕਾਂ ਤੇ ਹੋਰ ਵੀ ਬਹੁਤ ਵੱਡਾ ਬੋਝ ਪੈਣ ਵਾਲਾ ਹੈ ਜੋ ਸੈਂਟਰ ਸਰਕਾਰ ਦੀਆਂ ਨੀਤੀਆਂ ਨੇ ਉਹਦੇ ਤਹਿਤ ਇਹ ਬਿਲਕੁਲ ਸਰਕਾਰ ਮਤਲਬ ਜਿਹੜਾ ਕਿਸਾਨਾਂ ਤੇ ਵੀ ਹਮਲਾ ਹੋ ਸਕਦਾ ਕਿ ਜਿਹੜੀ ਉਹ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਆ ਕਿਉਂਕਿ ਜੋ ਬਿਜਲੀ ਬੋਰਡ ਆ ਉਹ ਘਾਟੇ 'ਚ ਜਾ ਰਿਹਾ ਉਹ ਤਾਂ ਸਿਰਫ ਆਪਣਾ ਕੋਈ ਵੀ ਸਰਕਾਰ ਤੁਸੀਂ ਦੇਖ ਲਓ ਕਿ ਉਹ ਆਪਣਾ ਫਾਇਦਾ ਸੋਚਦੀ ਆ ਕਦੀ ਵੀ ਕਿਸੇ ਸਰਕਾਰ ਨੇ ਪਬਲਿਕ ਦਾ ਫਾਇਦਾ ਨਹੀਂ ਸੋਚਿਆ ਤੁਸੀਂ ਕੋਈ ਵੀ ਲੀਡਰ ਵੱਡਾ ਲੀਡਰ ਵੱਡੇ ਤੋਂ ਲੈ ਕੇ ਛੋਟਾ ਲੀਡਰ ਦੇਖ ਲਓ ਉਹਨਾਂ ਦੇ ਕਿਤੇ ਨਾ ਕਿਤੇ ਲਿੰਕ ਜਿਹੜੇ ਆ ਉਹ ਕਮਰਸ਼ੀਅਲ ਹੋ ਚੁੱਕੇ ਨੇ ਅਸੀ ਗਾਲ ਜੀ ਤੁਸੀਂ ਪੰਜਾਬੀ ਡਾਕ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਗੁਰਜਿੰਦਰ ਸਿੰਘ ਪੰਗੂ ਦਰਸ਼ਕੋ ਅੱਜ ਅਸੀਂ ਜਿਸ ਜਿਸ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਉਹ ਵਿਸ਼ਾ ਹੈ ਬਿਜਲੀ ਦਾ ਕਿਉਂਕਿ ਬਿਜਲੀ ਦੇ ਵਿੱਤੀ ਬੋਝ ਹੁਣ ਆਮ ਪਬਲਿਕ ਤੇ ਬਰਦਾਸ਼ਤੋਂ ਬਾਹਰ ਹੁੰਦੇ ਜਾ ਰਹੇ ਨੇ ਤੇ ਇਸੇ ਵਿਸ਼ੇ ਦੇ ਨਾਲ ਸਾਡੇ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪਟਿਆਲਾ ਤੋਂ ਜੁਗਿੰਦਰ ਸਿੰਘ ਨੇ ਜੁਗਿੰਦਰ ਸਿੰਘ ਬਿਜਲੀ ਬੋਰਡ ਦੇ ਵਿਭਾਗ ਵਿੱਚ ਰਿਟਾਇਰਡ ਨੇ ਸਾਡੇ ਨਾਲ ਗੱਲਬਾਤ ਕਰਨਗੇ ਤੁਹਾਨੂੰ ਦੱਸਣਗੇ ਕਿ ਜੋ ਬਿਜਲੀ ਦੇ ਰੇਟ ਵਧੇ ਨੇ ਆਮ ਲੋਕਾਂ ਤੇ ਦਬਾਅ ਬਣਦਾ ਜਾ ਰਿਹਾ ਇਸ ਵਿੱਤੀ ਖਰਚ ਦਾ ਕੀ ਇਹ ਘਟ ਹੋ ਸਕਦਾ ਕਿਵੇਂ ਘਟ ਹੋ ਸਕਦਾ ਆਉਣ ਵਾਲੇ ਭਵਿੱਖੇ ਦੇ ਵਿੱਚ ਜਾਂ ਫਿਰ ਇਹ ਹੋਰ ਵਧਣਗੇ ਕਿਉਂਕਿ ਇੱਕ ਗੱਲ ਨਿਕਲ ਕੇ ਆ ਰਹੀ ਹੈ ਵਿੱਚੋਂ ਕਿ ਵੀ ਜੋ ਸਾਡੇ ਮੀਟਰ ਲੱਗੇ ਹੋਏ ਨੇ ਘਰਾਂ ਦੇ ਬਿਜਲੀ ਦੇ ਇਹ ਮੀਟਰ ਚੇਂਜ ਹੋ ਸਕਦੇ ਨੇ ਇਹਨਾਂ ਦੀ ਥਾਂ ਕਾਰਡ ਵਾਲੇ ਮੀਟਰ ਆ ਸਕਦੇ ਨੇ ਲਗਾਤਾਰ ਇਸ ਮਸਲੇ ਦੇ ਉੱਤੇ ਸਿਆਸਤ ਵੀ ਗਰਮਾਈ ਹੋਈ ਹੈ ਜੇਕਰ ਕਾਂਗਰਸ ਪਾਰਟੀ ਵਾਲੇ ਸਵਾਲ ਕਰਦੇ ਨੇ ਤਾਂ ਕਾਂਗਰਸ ਪਾਰਟੀ ਦਾ ਕਹਿਣਾ ਕਿ ਵੀ ਅਕਾਲੀ ਦਲ ਕੁਝ ਇਹੋ ਜਿਹਾ ਸਮਝੌਤਾ ਕਰ ਗਿਆ ਜਿਸ ਨੂੰ ਲੈ ਕੇ ਬਿਜਲੀ ਦੇ ਇਹ ਰੇਟ ਵਧੇ ਹੋਏ ਨੇ ਇਹਨਾਂ ਦੇ ਅਸਲ ਕਾਰਨ ਕੀ ਨੇ ਕੀ ਇਹ ਸੰਭਵ ਹੈ ਇਹਨਾਂ ਦਾ ਰੇਟ ਘਟਣਾ ਕੀ ਆਮ ਲੋਕਾਂ ਦੇ ਉੱਤੇ ਵਿੱਤੀ ਬੋਝ ਹੈ ਜੋ ਵਿੱਤੀ ਬੋਝ ਘਟ ਹੋ ਸਕਦਾ ਬਿਜਲੀ ਦਾ ਇਹਨੂੰ ਰੰਗੀਚ ਗੁਜਰ ਸਿੰਘ ਹੋਰ ਅਧਿਕਾਰ ਗੁਜਰ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਐ ਦੱਸੋ ਕਿ ਵੀ ਜੋ ਹੁਣ ਵਿੱਤੀ ਬੋਝ ਵਧਿਆ ਹੋਇਆ ਕੀ ਇਹ ਸੰਭਵ ਹੈ ਕਿ ਘਟ ਹੋ ਸਕਦਾ ਪਹਿਲਾਂ ਤਾਂ ਜੀ ਆਇਆਂ ਸਸਕਾਲ ਜੀ ਤੁਹਾਨੂੰ ਬਿਲਕੁਲ ਇਹ ਜਿਹੜਾ ਵਿੱਤੀ ਬੋਝ ਵਧਿਆ ਹੈ ਇਹ ਘਟ ਸਕਦਾ ਪਰ ਜੇ ਸਰਕਾਰਾਂ ਦੀ ਨੀਤੀ ਘਟਾਉਣ ਦੀ ਹੋਵੇ ਤਾਂ ਘਟ ਸਕਦਾ ਆਦਰਵਾਇਜ਼ ਨਹੀਂ ਘਟ ਸਕਦਾ ਇਹ ਕੀਤਾ ਜਾ ਸਕਦਾ ਕਿਉਂਕਿ ਅਸੀਂ ਬਿਜਲੀ ਪੈਦਾ ਕਰਦੇ ਹਾਂ ਪੈਦਾ ਕਰਕੇ ਅਸੀਂ ਅੱਗੇ ਖਪਤਕਾਰਾਂ ਨੂੰ ਦੇਣੀ ਆ ਅਸੀਂ ਦਿੱਲੀ ਦੀ ਉਦਾਹਰਨ ਦੇ ਸਕਦੇ ਹਾਂ ਕਿ ਜਿੱਥੇ ਬਿਜਲੀ ਪੈਦਾ ਨਹੀਂ ਹੁੰਦੀ ਉਹ ਟੋਟਲ ਬਿਜਲੀ ਖਰੀਦਦੇ ਨੇ ਪਰ ਖਰੀਦ ਕੇ ਵੀ ਅੱਜ ਲੋਕਾਂ ਨੂੰ ਸਸਤੀ ਦਿੱਤੀ ਜਾ ਰਹੀ ਆ ਸੋ ਇਸ ਕਰਕੇ ਬਿਜਲੀ ਸਸਤੀ ਦਿੱਤੀ ਜਾ ਸਕਦੀ ਆ ਪਰ ਜੇ ਸਾਡੀ ਨੀਅਤ ਸਾਫ਼ ਹੋਵੇ ਤਾਂ ਇੱਕ ਗੱਲ ਚੱਲਦੀ ਆ ਅਖਬਾਰਾਂ ਦੇ ਵਿੱਚ ਵੀ ਖ਼ਬਰਾਂ ਆਉਂਦੀਆਂ ਨੇ ਕਿ ਜੋ ਸਾਡੇ ਘਰਾਂ ਦੇ ਮੀਟਰ ਲੱਗੇ ਹੋਏ ਨੇ ਇਹਨਾਂ ਮੀਟਰਾਂ ਨੂੰ ਬਦਲ ਕੇ ਕਾਰਡ ਵਾਲੇ ਮੀਟਰ ਲੱਗ ਸਕਦੇ ਨੇ ਜਿਹਦੇ ਨਾਲ ਲੋਕਾਂ ਦੇ ਉੱਤੇ ਵਿੱਤੀ ਸੰਕਟ ਹੋਰ ਵਧੂਗਾ ਬਿਲਕੁਲ ਜੀ ਇਹ ਤਾਂ ਸਾਫ਼ ਗੱਲ ਹੈ ਕਿ ਆਪਾਂ ਆ ਮੋਬਾਈਲ ਕੰਪਨੀਆਂ ਆਈਆਂ ਸੀ ਤੇ ਅਸੀਂ ਕਈ ਵਾਰੀ ਕਿਹਾ ਰੀਚਾਰਜ ਕਰਾਉਂਦੇ ਸੀ ਤੇ ਸਾਡਾ ਰੀਚਾਰਜ ਮਤਲਬ ਮਹੀਨੇ ਦਾ ਹੁੰਦਾ ਸੀ ਬਹੁਤ ਜਲਦੀ ਖਤਮ ਹੋ ਜਾਂਦਾ ਸੀਗਾ ਔਰ ਮੈਂ ਆ ਪਿੱਛੇ ਆ ਜਿਹੜੇ ਇੰਨਾ ਮੀਟਰਾਂ ਦੀ ਵੀ ਗੱਲ ਕਰੂੰਗਾ ਕਿ ਜਦੋਂ ਪਹਿਲਾਂ ਲੋਹੇ ਦੇ ਮੀਟਰ ਸੀ ਮੁੜ ਕੇ ਆ ਮੀਟਰ ਆ ਗਏ ਤੇ ਮੈਂ ਖੁਦ ਮੀਟਰਾਂ ਦੇ ਵਿੱਚ ਰਿਹਾ ਕਿ ਸਾਡੇ ਕੋਲ ਇੰਨੇ ਇੱਕ ਮੀਟਰ ਚੈਲੰਜ ਆਉਂਦੇ ਸੀ ਕਿ ਜਿਹੜੇ ਕਿ ਬਹੁਤ ਸਪੀਡ ਨਾਲ ਚੱਲਦੇ ਸੀਗੇ ਉਹ ਮੀਟਰ ਚੈਲੰਜ ਕਰਦੇ ਸੀ ਲੈਬੋਰੀਟਰੀਆਂ ਚ ਜਾਂਦੇ ਸੀ ਤੇ ਜਦੋਂ ਉਹ ਮੀਟਰ ਇਹ ਆ ਕਿ ਸਾਨੂੰ ਅੱਗੇ ਦਿਸਦਾ ਸੀ ਕਿ ਰੀਡਿੰਗ ਚੱਲ ਰਹੀ ਹੈ ਬਹੁਤ ਤੇਜ਼ ਚੱਲ ਰਹੀ ਹੈ ਇਹ ਚਿਪ ਦੇ ਵਿੱਚ ਤਾਂ ਸਾਨੂੰ ਪਤਾ ਹੀ ਕੁਝ ਨਹੀਂ ਲੱਗਣਾ ਸੰਤ ਅੱਜ ਅਸੀਂ ਚਿਪ ਪਾਈ ਆ ਤੇ ਹੋ ਸਕਦਾ ਕੱਲ ਨੂੰ ਸਾਡੀ ਚਿਪ ਖਤਮ ਹੋ ਜਵੇ ਸਾਡੀ ਲਾਈਟ ਬੰਦ ਹੋ ਜਵੇ ਇਸ ਕਰਕੇ ਤਾਂ ਲੋਕਾਂ ਤੇ ਬਹੁਤ ਖਤਰਨਾਕ ਆ ਜਿਹੜਾ ਮਤਲਬ ਇਹ ਰੁਝਾਨ ਲੈ ਕੇ ਆ ਰਿਹਾ ਕਿ ਚਿਪੋ ਵਾਲਾ ਮੀਟਰ ਹੈ ਇਹ ਬਿਲਕੁਲ ਲੋਕਾਂ ਤੇ ਹੋਰ ਵੀ ਬਹੁਤ ਵੱਡਾ ਬੋਝ ਪੈਣ ਵਾਲਾ ਜਗਿੰਦਰ ਜੀ ਮੈਨੂੰ ਹੋਰ ਸਵਾਲ ਮੇਰੇ ਚੇਤੇ ਆਇਆ ਕਿ ਵੀ ਜੋ ਕਿਸਾਨ ਨੂੰ ਫ੍ਰੀ ਬਿਜਲੀ ਮਿਲਦੀ ਹੈ ਸਬਸਿਡੀ ਮਿਲਦੀ ਹੈ ਕਿ ਕਿਤਨਾ ਕਿਤੇ ਉਸ ਨੂੰ ਲੈ ਕੇ ਵੀ ਉਹਨਾਂ ਦੀ ਫ੍ਰੀ ਸਬਸਿਡੀ ਦੇ ਹੱਲਾ ਹੋ ਸਕਦਾ ਇਹ ਤਾਂ ਸਰਕਾਰਾਂ ਤੇ ਡਿਮੈਂਡ ਕਰਦਾ ਜੀ ਜਦੋਂ ਬਿਜਲੀ ਇੰਨੀ ਮਹਿੰਗੀ ਦੇ ਰਹੇ ਆ ਖਰੀਦ ਰਹੇ ਆ ਤੋ ਅੱਗੇ ਦੇਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸੈਂਟਰ ਸਰਕਾਰ ਦੀਆਂ ਨੀਤੀਆਂ ਨੇ ਉਹਦੇ ਤਹਿਤ ਇਹ ਬਿਲਕੁਲ ਸਰਕਾਰ ਮਤਲਬ ਜਿਹੜਾ ਕਿਸਾਨਾਂ ਤੇ ਵੀ ਹਮਲਾ ਹੋ ਸਕਦਾ ਕਿ ਜਿਹੜੀ ਉਹ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਆ ਕਿਉਂਕਿ ਜੋ ਬਿਜਲੀ ਬੋਰਡ ਆ ਉਹ ਘਾਟੇ 'ਚ ਜਾ ਰਿਹਾ ਕਿਉਂਕਿ ਸਰਕਾਰ ਜਿਹੜਾ ਹੈ ਕਿ ਬਿਜਲੀ ਬੋਰਡ ਨੂੰ ਉਹ ਪੈਸੇ ਨਹੀਂ ਦਿੰਦੀ ਉਹਨਾਂ ਨੂੰ ਕਿਸਾਨਾਂ ਨੂੰ ਤਾਂ ਫ੍ਰੀ ਦਿੱਤੀ ਜਾਂਦੀ ਹੈ ਹਰੀਜਨਾਂ ਨੂੰ ਫ੍ਰੀ ਦਿੱਤੀ ਜਾਂਦੀ ਹੈ ਪਰ ਉਹ ਜਿਹੜਾ ਬੋਰਡ ਨੂੰ ਪੈਸੇ ਦੇਣੇ ਬਣਦੇ ਆ ਸਰਕਾਰ ਦੇ ਉਹ ਨਹੀਂ ਦਿੰਦੇ ਇਸ ਕਰਕੇ ਬੋਰਡ ਘਾਟੇ 'ਚ ਜਾ ਰਿਹਾ ਅਦਰਵਾਜ਼ੀ 2003 ਦੇ ਵਿੱਚ ਸਾਡਾ ਬੋਰਡ ਨੁਕਸਾਨੇ 'ਚ ਆ ਗਿਆ ਸੀ ਸੋ ਇਸ ਕਰਕੇ ਬਿਲਕੁਲ ਹੀ ਬਹੁਤ ਵੱਡਾ ਹਮਲਾ ਕਿਸਾਨਾਂ 'ਤੇ ਵੀ ਹੋ ਸਕਦਾ ਹੈ ਜੇ ਇਸ ਤਰ੍ਹਾਂ ਹੀ ਸਰਕਾਰਾਂ ਨੇ ਇਹੀ ਨੀਤੀਆਂ ਲਾਗੂ ਰੱਖੀਆਂ ਤਾਂ ਜੇਕਰ ਜੋ ਸਮਝੌਤੇ ਹੋਏ ਹੋਏ ਨੇ ਪ੍ਰਾਈਵੇਟ ਆਧਾਰਿਆਂ ਦੇ ਨਾਲ ਜਾਂ ਫਿਰ ਉਦਯੋਗਪਤੀ ਘਰਾਣਿਆਂ ਦੇ ਨਾਲ ਜੇਕਰ ਉਹ ਸਮਝੌਤੇ ਲਾਗੂ ਜੇਕਰ ਉਹ ਸਮਝੌਤੇ ਰੱਦ ਹੋ ਜਾਂਦੇ ਨੇ ਤਾਂ ਫਿਰ ਕੀ ਬਿਜਲੀ 'ਚ ਫਰਕ ਪੈ ਸਕਦਾ ਲੋਕਾਂ ਨੂੰ ਕੋਈ ਰਾਹਤ ਮਿਲ ਸਕਦੀ ਹੈ ਬਿਲਕੁਲ ਪੈ ਸਕਦਾ ਛ ਕਿਉਂ ਨਹੀਂ ਪੈ ਸਕਦਾ ਜੋ ਪੁਰਾਣੀਆਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਜੇ ਉਹ ਸਮਝੌਤੇ ਰੱਦ ਹੁੰਦੇ ਨੇ ਜਿਵੇਂ ਕਰਨ ਜਾਰੀ ਹੈ ਸਰਕਾਰ ਉਹ ਪੁਰਾਣੇ ਰੱਦ ਕਰਕੇ ਇਹ ਜਿਹੜੇ ਥਰਮਲ ਪੁਰਾਣੇ ਨੇ ਉਹ ਚਲਾਏ ਜਾਣ ਉਹਨਾਂ ਚ ਯੂਨਟ ਜਿਹੜੀ ਹੈ ਅਪਰੋਕਸੀਮੇਟਲੀ ਕਾਸਟ ਕਰਦੀ ਹੈ ਸਰਕਾਰ ਨੂੰ ਉਹ ਚਲਾ ਕੇ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾਵੇ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਜਿਹੜੇ ਪਿਛਲੇ ਸਰਕਾਰਾਂ ਨੇ ਸਮਝੌਤੇ ਕੀਤੇ ਉਹ ਰੱਦ ਕਰੇ ਔਰ ਨਵੇਂ ਜਿਹੜੇ ਆਪਣੇ ਤੌਰ ਤੇ ਇਹ ਪੁਰਾਣੇ ਥਲਮਨ ਚਲਾ ਕੇ ਤੇ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾ ਸਕਦੀ ਹੈ ਹੁਣ ਗੱਲ ਕੀਤੀ ਜਾਵੇ ਹੁਣ ਟੋਟਲ ਹੀ ਖਰਚੇ ਪਾ ਕੇ ਇੱਕ ਆਮ ਬੰਦੇ ਨੂੰ ਕਿੰਨੇ ਰੁਪਏ ਯੂਨਟ ਪੈਂਦੀ ਹੈ ਅਪਰਕਸੀਮੇਟਲੀ ਜਿਹੜੀ ਡੋਮੈਸਟਿਕ ਆ ਉਹ ਯੂਨਟ ਪੈ ਰਹੀ ਹੈ ਤੇ ਜਿਹੜੀ ਕਮਰਸ਼ੀਅਲ ਆ ਉਹ ਪੈ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜੇ ਜੋ ਸਰਕਾਰਾਂ ਦੀਆਂ ਨੀਤੀਆਂ ਨੇ ਉਹਦੇ ਮੁਤਾਬਕ ਹੋਰ ਵੀ ਮਹਿੰਗੀ ਡੋਮੈਸਟਿਕ ਪਾਵੇਗੀ ਜੀ ਇਹ ਅੱਗੇ ਕੰਟੈਕਟ ਕਰਦੇ ਆ ਤਾਂ ਤਾਂ ਕਮਰਸ਼ੀਅਲ ਹੋਰ ਮਹਿੰਗੀ ਪੈਗੀ ਇਸ ਕਰਕੇ ਲੋਕਾਂ ਤੇ ਬਹੁਤ ਵੱਡਾ ਬੋਝ ਤਾਂ ਇੱਕ ਇਹ ਪੈਣ ਜਾ ਰਿਹਾ ਔਰ ਜੇ ਇਹਨਾਂ ਨੇ ਚਿਪ ਵਾਲੇ ਮੀਟਰ ਲਾ ਦਿੱਤੇ ਤਾਂ ਪਬਲਿਕ ਦੇ ਵਿੱਚ ਬਹੁਤ ਜ਼ਿਆਦਾ ਪਹਿਲਾਂ ਹੀ ਵਿਰੋਧ ਆ ਮੈਨੂੰ ਨਹੀਂ ਲੱਗਦਾ ਕਿ ਪਬਲਿਕ ਜਿਹੜੇ ਇਹਨਾਂ ਦੇ ਚਿਪ ਵਾਲੇ ਮੀਟਰ ਆ ਉਹ ਲੱਗਣ ਦੇਵੇਗੀ ਸੋ ਇਸ ਕਰਕੇ ਨਹੀਂ ਲੱਗਣੇ ਚਾਹੀਦੇ ਮੇਰੀ ਤਾਂ ਇਹੀ ਅਪੀਲ ਹੈ ਸਰਕਾਰ ਨੂੰ ਕਿ ਇਹ ਮੀਟਰ ਨਾ ਲਾਵੇ ਔਰ ਪੁਰਾਣੇ ਕੰਟੈਕਟ ਜਿਹੜੇ ਆ ਉਹ ਤੋੜ ਕੇ ਪੁਰਾਣੇ ਜੋ ਥਰਮਲ ਪਲਾਂਟ ਹੈ ਉਹ ਚਲਾ ਕੇ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾਵੇ ਮੈਂ ਤੇ ਇਹ ਵੀ ਚੱਲਦਾ ਕਿ ਵੀ ਪਰ ਜਿਵੇਂ ਸੁਖਵੀਰ ਸਿੰਘ ਬਦਲ ਪਹਿਲਾਂ ਕਹਿੰਦੇ ਸੀ ਕਿ ਪਾਕਿਸਤਾਨ ਨੂੰ ਅਸੀਂ ਬਿਜਲੀ ਦੇ ਦਾਂਗੇ ਜਾਂ ਫਿਰ ਦੂਜੇ ਸੂਬਿਆਂ ਦੇ ਵਿੱਚੋਂ ਜੇਕਰ ਬਿਜਲੀ ਮੁੱਲ ਖਰੀਦੀਏ ਤਾਂ ਫਿਰ ਕਿਤੇ ਨਾ ਕਿਤੇ ਫਰਕ ਪੈ ਸਕਦਾ ਜੇਕਰ ਅਪਰ ਪ੍ਰਾਈਵੇਟ ਸਮਝੌਤੇ ਰੱਦ ਕਰ ਦਿੰਨੇ ਆ ਦੂਜਿਆਂ ਤੋਂ ਲਈਏ ਨਹੀਂ ਮੈਂ ਨਹੀਂ ਸਮਝ ਤੱਕ ਸਾਨੂੰ ਲੋਡ ਕੀ ਹੈ ਦੂਜਿਆਂ ਤੋਂ ਖਰੀਦ ਦਿੰਦੀ ਸਾਡੇ ਕੋ ਆਪਣੇ ਇੰਨੀ ਜਗ੍ਹਾ ਪਈ ਹੈ ਸਾਡੇ ਆਲਰੇਡੀ ਥਰਮਲ ਲੱਗੇ ਹੋਏ ਨੇ ਸਾਨੂੰ ਪ੍ਰਾਈਵੇਟ ਖਰੀਦਣ ਦੀ ਲੋੜ ਹੀ ਨਹੀਂ ਹੈ ਅਸੀਂ ਆਪਣੀ ਉਥੋਂ ਬਿਜਲੀ ਪੈਦਾ ਕਰੀਏ ਔਰ ਲੋਕਾਂ ਨੂੰ ਸਸਤੀ ਬਿਜਲੀ ਦਈਏ ਪ੍ਰਾਈਵੇਟ ਤੋਂ ਜਾਂ ਦੂਸਰੇ ਸਰਕਾਰਾਂ ਤੋਂ ਤੇ ਅਸੀਂ ਤਾਂ ਖਰੀਦ ਹੀ ਨਾ ਜੇ ਸਾਡੇ ਆਪਣੇ ਸੋਰਸੇਜ਼ ਨਾ ਹੋਣ ਸਾਡੇ ਆਪਣੇ ਸੋਰਸੇਜ਼ ਹੈਗੇ ਨੇ ਅਸੀਂ ਆਪਣੇ ਸੋਰਸੇਜ਼ਾਂ ਤੋਂ ਬਿਜਲੀ ਪੈਦਾ ਕਰੀਏ ਔਰ ਲੋਕਾਂ ਨੂੰ ਸਸਤੀ ਬਿਜਲੀ ਦਈਏ ਠੀਕ ਹੈ ਮੈਂ ਇਸ ਕਰਕੇ ਪੁੱਛੀ ਸੀ ਮੈਂ ਕਿਤੇ ਪੜ ਰੇ ਲਿਖਿਆ ਹੋਇਆ ਕੋਈ ਨਹੀਂ ਵੀ ਜੋਸੀਂ ਆਪਣੀ ਬਿਜਲੀ ਤਿਆਰ ਕਰਦੇ ਆ ਇਹ ਯੂਨਿਟ ਸਾਨੂੰ ਮਹਿੰਗੀ ਪੈਂਦੀ ਏ ਇਸ ਮਹਿੰਗੀ ਨਾਲੋਂ ਜੇਕਰ ਦੂਜੇ ਸੂਬੇ ਚੋਂ ਖਰੀਦ ਲਈਏ ਉਹ ਸਾਨੂੰ ਸਸਤੀ ਪੈਂਦੀ ਏ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਆਟਾਂ ਕਿ ਸਾਨੂੰ ਪਾ ਜੋਟ ਪਰ ਅਪਰੋਕਸੀਮੇਟਲੀ ਪੈਂਦੀ ਆ ਔਰ ਜੇ ਸਰਕਾਰੀ ਥਰਮਲ ਤੋਂ ਹੀ ਪੈਦਾ ਕਰਦੇ ਤਾਂ ਇਸੇ ਪੈਂਦੀ ਆ ਤਾਂ ਫਿਰ ਸਾਨੂੰ ਹੋਰ ਤੋਂ ਸਾਨੂੰ ਕਿਤੇੋਂ ਸਸਤੀ ਬਿਜਲੀ ਨਹੀਂ ਮਿਲੂਗੀ ਫਿਰ ਅਸੀਂ ਕਿਸੇ ਹੋਰ ਤੋਂ ਕਿਉਂ ਖਰੀਦੀਏ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਪੁਰਾਣੇ ਥਰਮਲ ਚਾਲੂ ਕਰੀਏ ਉਹਨਾਂ ਤੋਂ ਬਿਜਲੀ ਲਈਏ ਔਰ ਆਪਣੀ ਜਨਤਾ ਨੂੰ ਸਬ ਮਤਲਬ ਸਸਤੀ ਬਿਜਲੀ ਦੇਈਏ ਇਸ ਦਾ ਸਾਰੇ ਮਸਲੇ ਦਾ ਇੱਕੋ ਹੱਲ ਹੈ ਕਿ ਵੀ ਸਰਕਾਰਾਂ ਸਿਆਸਤਾਂ ਜੋ ਹਾਕਮ ਜਮਾਤ ਹੈ ਉਹ ਇਮਾਨਦਾਰੀ ਨਾਲ ਕੰਮ ਕਰਨ ਇਸ ਮਸਲੇ ਤੇ ਸਰਕਾਰਾਂ ਤਾਂ ਦੇਖੋ ਜੀ ਅੱਜ ਮੈਂ ਸਰਕਾਰਾਂ ਨੂੰ ਮੈਂ ਨਹੀਂ ਸਮਝਦਾ ਕਿ ਉਹ ਸਰਕਾਰਾਂ ਨੇ ਮੈਂ ਉਹ ਤਾਂ ਇੱਕ ਕਮਰਸ਼ੀਅਲ ਹੋ ਚੁੱਕੀਆਂ ਨੇ ਮਤਲਬ ਉਹ ਤਾਂ ਸਿਰਫ ਆਪਣਾ ਕੋਈ ਵੀ ਸਰਕਾਰ ਤੁਸੀਂ ਦੇਖ ਲਓ ਕੋ ਆਪਣਾ ਫਾਇਦਾ ਸੋਚਦੀ ਆ ਕਦੀ ਵੀ ਕਿਸੇ ਸਰਕਾਰ ਨੇ ਪਬਲਿਕ ਦਾ ਫਾਇਦਾ ਨਹੀਂ ਸੋਚਿਆ ਤੁਸੀਂ ਕੋਈ ਵੀ ਲੀਡਰ ਵੱਡਾ ਲੀਡਰ ਵੱਡੇ ਤੋਂ ਲੈ ਕੇ ਛੋਟਾ ਲੀਡਰ ਦੇਖ ਲਓ ਉਹਨਾਂ ਦੇ ਕਿਤੇ ਨਾ ਕਿਤੇ ਲਿੰਕ ਜਿਹੜੇ ਆ ਉਹ ਕਮਰਸ਼ੀਅਲ ਹੋ ਚੁੱਕੇ ਨੇ ਕਿਸੇ ਦਾ ਬੱਸਾਂ ਚਲਦੀਆਂ ਨੇ ਕਿਸੇ ਦੇ ਹੋਟਲ ਨੇ ਕਿਸੇ ਦਾ ਮਤਲਬ ਇਸ ਤਰ੍ਹਾਂ ਹਰ ਜਿਹੜਾ ਵੀ ਪੋਲੀਟੀਕਲ ਆਦਮੀ ਕਮਰਸ਼ੀਅਲ ਹੋ ਚੁੱਕਿਆ ਜਦੋਂ ਤੱਕ ਕਿ ਕਮਰਸ਼ੀਅਲ ਨਾ ਹੋ ਕੇ ਪਬਲਿਕ ਬਾਰੇ ਨਹੀਂ ਸੋਚਣਗੇ ਉਦੋਂ ਤੱਕ ਸਾਡੇ ਪਬਲਿਕ ਦਾ ਹੀ ਹਾਰ ਰਹੇਗਾ ਸੋ ਅਸੀਂ ਨੰ ਧੰਨਵਾਦ ਕਰਦੇ ਹਾਂ ਜਗਿੰਦਰ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਕਿ ਜੋ ਵਿੱਤੀ ਬੋਝ ਵਧਿਆ ਹੋਇਆ ਲੋਕਾਂ ਦੇ ਉੱਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਧਣ ਵਾਲਾ ਇਸ ਦਾ ਇੱਕ ਹੋਰ ਲੱਗ ਕੇ ਸਰਕਾਰਾਂ ਵੀ ਇਮਾਨਦਾਰੀ ਨਾਲ ਕੰਮ ਕਰਨ ਕਿ ਜੋ ਸਿਸਟਮ ਬਣਿਆ ਹੋਇਆ ਪ੍ਰਾਈਵੇਟ ਘਰਾਣਿਆਂ ਦੇ ਨਾਲ ਸਮਝੌਤੇ ਹੋਏ ਹੋਏ ਨੇ ਉਹਨੂੰ ਤੋੜ ਕੇ ਜੋ ਸਰਕਾਰੀ ਥਰਮਲ ਪਲਾਂਟ ਨੇ ਇਹ ਚਾਲੂ ਕੀਤਾ ਜਾਣ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ ਤੇ ਕੈਮਰਾਮੈਨ ਜਸਪ੍ਰੀਤ ਸਿੰਘ ਦੇ ਨਾਲ ਮੈਂ ਗੁਰਜਿੰਦਰ ਸਿੰਘ ਪੰਗੋ ਪਟਿਆਲਾ